ਤੁਹਾਡਾ ਆਪਣਾ ਚੈਨਲ ਸੈਨ ਮੈਡਲਿਪ ਸਬਸਕ੍ਰਾਈਬ ਕਰਾ ਕਨੇ ਘੰਟੀ ਦਵਾ। ਸਾਲੂ ਦੀਦੀ ਅੜੇ ਵਧੀਆ ਦੀ ਕਹਾਣੀ ਸੁਣਾ ਨਾ ਅੱਜ। ਨਹੀਂ ਕਾਕੀ ਅੱਜ ਮੈਂ ਨਹੀਂ ਸੁਣਾਣੀ, ਪਿਛਲੀ ਵਾਰੀ ਆਹ ਬਾਪ ਕੋ ਤੇ ਸੁਣੀ ਨਾ ਮਖੀਰੇ ਵਾਲੀ ਕਹਾਣੀ, ਜਿੱਦਾਂ ਚੱਲ ਅੰਮਾ ਤੇ ਸੁਣਦੇ ਕਹਾਣੀ ਠੀਕ ਹੈ। ਹਾਂ ਓਏ ਚੱਲ ਓਏ ਚੱਲ ਅੰਮਾ ਤੇ ਸੁਣਦੇ ਵਧੀਆ ਦੀ ਕਹਾਣੀ। ਅੰਮਾ ਅੰਮਾ ਬੜੇ ਦਿਨ ਹੋਏ ਕਹਾਣੀ ਨਹੀਂ ਸੁਣੀ, ਕਹਾਣੀ ਸੁਣਾ ਨਾ ਅੰਮਾ। ਆ ਬੱਚਿਓ ਜਾਲੀ ਦੇਖਾ ਜਾਲੀ ਕਹਾਣੀਆਂ ਕਹਾਣੀਆਂ ਕਹਾਣੀਆਂ, ਕੁਛ ਪੜ੍ਹੀ ਵੀ ਲੈ ਕਰ। ਔਨਲਾਈਨ ਕਲਾਸਾਂ ਕਿਆ ਲੱਗੀਆਂ ਤੁਹਾਨੂੰ, ਤੂੰ ਤਾਂ ਸਭ ਕੁਝ ਬੁਲਾਈ ਰੱਖਿਆ, ਬਸ ਕਹਾਣੀਆਂ ਸੁਣਨੀਆਂ ਤੂੰ। ਸੁਣਾਈ ਦੇ ਅੜੀਏ ਸੁਣਾਈ ਦੇ, ਬੱਚੇ ਗਲਾਈ ਕਰਦੇ ਤਾਂ ਸੁਣਾਈ ਦੇ ਕੇ ਕੀ। ਆ ਅੰਮਾ ਸੁਣਾ ਸੁਣਾ ਕਹਾਣੀ ਸੁਣਾ ਵਧੀਆ ਦੇ ਕਹਾਣੀ ਸੁਣਾਉਂਦੇ ਹਾਂ ਅਜੇ। ਹਾਂ ਅੰਮਾ ਵਧੀਆ ਦੇ ਸੁਣਾ ਵਧੀਆ ਦੇ, ਮਜ਼ਾ ਆ ਜਾਏ ਬਈ। ਅੱਛਾ ਅੱਛਾ ਠੀਕ ਹੈ ਠੀਕ ਹੈ, ਸੁਣਾ ਤੂੰ ਸੁਣਾ ਸੁਣਾ ਬੱਚਿਓ ਤੂੰ, ਜੋ ਮੈਂ ਅਕਬਰ ਕਹਿੰਦਾ ਬੀਰਬਲ ਵਾਲੀ ਸਟੋਰੀ ਸੁਣਾਉਂਦੀ ਠੀਕ ਹੈ। ਹਾਂ ਅੰਮਾ ਇਹ ਸੁਣਾ ਤੂੰ, ਅਕਬਰ ਕਹਿੰਦਾ ਬੀਰਬਲ ਦੀ ਸਟੋਰੀ ਬੜੀ ਸ਼ੈਲ ਹੁੰਦੀ, ਸੁਣਾ ਅੰਮਾ। ਇੱਕ ਵਾਰੀ ਇੰਝ ਹੁੰਦਾ ਨਾ ਬੱਚਾ, ਅਕਬਰ ਕਹਿੰਦਾ ਬੀਰਬਲ ਹੁੰਦੇ ਤਾਂ ਬੀਰਬਲ ਤਾਂ ਇਹਨਾਂ ਦਾ ਖਾਸ ਨੌਕਰ ਬਈ, ਸਲਾਹਕਾਰ ਹੀ ਸਮਝੀ ਦੇ ਅਕਬਰੇ ਦਾ। ਕਹਿੰਦਾ ਰਾਜਾ ਸ ਚਾਰ ਨੌਕਰ ਹੋਰ ਰੱਖੇ ਹੋਏ ਨੇ। ਇੱਕ ਦਿਨ ਦੇ ਹੋਇਆ ਕਿ ਬਈ ਰਾਜਾ ਆਪਣਾ ਆਰ ਰੱਖਿਆ ਖੋੜੀ ਕੇ, ਨੋਤੇ ਹੋਣਾ ਰਾਜਾ ਕਹਿੰਦਾ ਆਰ ਰੱਖਿਆ ਸੋਨੇ ਦਾ, ਹੈ ਚੋਰੀ ਹੋਈ ਆ, ਨੀ ਮਿਲਾ ਵਿਆਹਗਾ ਦਿੱਤੋ। ਕਹਿੰਦਾ ਬਾਈ ਸਾਹਿਬ ਵਿਆਹਗਾ ਹੀ ਤਿੰਨੀ ਹੈ, ਮਜਮਲਾ ਹੀ ਤਾਂ ਰਾਜਾ ਬਈ ਕੁਣੀ ਚੋਰੇ ਆਰ। ਰਾਜੇ ਸੱਕ ਕੋਈ ਵੀ ਮੇਰੇ ਚਾਰ ਨੌਕਰ ਹਨ, ਇਹ ਹੀ ਪਾਣੀ ਗਰਮ ਕਰਦੇ ਮਿੰਜੋ, ਇਹ ਤੋਲੀਆ ਦਿੰਦੇ, ਇਹ ਸਾਬਣ ਦਿੰਦੇ, ਤਾਂ ਇਹਨਾਂ 'ਚ 21 ਬੰਦੇ ਕੁਣੀ ਨਾ ਕੁਣੀ ਚੋਰੇ ਹੋਣਾ। ਅੱਛਾ ਫਿਰ ਕੀ ਹੋਇਆ ਅੰਮਾ ਗਾ, ਫਿਰ ਕੀ ਹੋਇਆ ਅੰਮਾ, ਸੇ ਚੋਰ ਪਕੜੋਇਆ ਫਿਰ ਸੈ। ਹਾਂ ਅੰਮਾ ਇੱਕੀ ਮਿਲਣਾ ਚਾਹੀਦਾ, ਇੱਕ ਬੰਦਾ 21 ਬੰਦੇ ਚੋਰੇ ਆ ਕੁਣਕੀ ਹੈ, ਤਾਂ ਮੈਂ ਚੋਈ ਹੂੰ ਸਜ਼ਾ ਦੇਂਗਾ ਤਾਂ ਗਲਤ ਗੱਲ ਹੈ, ਤਾਂ ਬਈ ਚੋਰੇ ਤਾਂ 21 ਨਾ, 21 ਮਿਲਣਾ ਚਾਹੀਦੀ ਸਜ਼ਾ। ਤਾਂ ਰਾਜੇ ਕੁਛ ਸਮਝ ਨਹੀਂ ਗਿਆ, ਤਾਂ ਰਾਜਾ ਇਹ ਗਲਾਇਆ ਬੀਰਬਲ, ਉਹ ਗਲਾਇਆ ਬਈ ਬੀਰਬਲ ਆਈਆਂ ਕਰ, ਤੂੰ ਹੀ ਦੱਸ ਕੁਛ ਸਲਾਹ, ਕਹਿੰਦਾ ਚੋਈ ਤਾਂ ਮੈਂ ਸਜ਼ਾ ਦੇ ਹੀ ਨਹੀਂ ਸਕਦਾ, ਤਾਂ ਚੋਈ ਤੇ 21 ਚੋਰੇ ਆਉਣਾ ਕੁਣ ਕੀ, ਤਿੱਦੋ ਹੀ ਸਜ਼ਾ ਹੋਣਾ ਚਾਹੀਦਾ। ਫਿਰ ਬੀਰਬਲ ਹੈ ਕਿਆ ਕਰਤਾ ਅੰਮਾ, ਫਿਰ ਕਰਨਾ ਕਿਆ, ਬੀਰਬਲ ਹੈ ਚਾਰੋ ਸੱਦੇ, ਕਹਿੰਦਾ ਚੋਈ ਤੇ ਪੁੱਛਿਆ ਵੀ ਦੱਸੀ ਦੇ ਕੁਣੀ ਚੋਰੇ ਆਰ, ਤੇ ਤੂੰ ਪਤਾ ਵੀ ਚੋਰੀ ਕੀਤੀ ਹੈ, ਕੁਣੀ ਦੱਸਣਾ ਨੀ, ਮੈਂ ਚੋਰੇ ਆਰ, ਕੋਈ ਨੀ ਦੱਸੇ, ਕੋਈ ਨੀ ਉਗੜੇ। ਫਿਰ ਬੀਰਬਲ ਇਹਦੇ ਕੀਤਾ ਵੀ ਚਾਰ ਲੱਕੜੀਆਂ ਲਈਆਂ ਇੱਕ ਬਰਾਬਰ, ਸੋਠੀਆਂ ਚਾਰ ਸੋਠੀਆਂ ਲਈਆਂ ਇੱਕ ਬਰਾਬਰ, ਕਹਿੰਦਾ ਚੋਈ ਜੋ ਇੱਕ ਇੱਕ ਸੋਠੀ ਦੇ ਦਿੱਤੀ। ਕਹਿੰਦਾ ਗਲਾਇਆ ਬਈ ਇਹ ਜਿਹੜੀਆਂ ਸੋਠੀਆਂ ਨੇ, ਇਹ ਤੂੰ ਆਪੋ ਵਾਲੀ ਰੱਖਣੀਆਂ ਨੇ ਰਾਤੀ ਸੌਂਦੀਆਂ ਵਕਤ ਸਰਾਣੇ ਵਾਲੀ। ਅੱਛਾ ਅੰਮਾ ਫਿਰ ਨਾ ਸਰਾਣੇ ਵਾਲੀ ਰੱਖੀਆਂ ਰਾਤੀ। ਹਾਂ ਬੱਚਾ ਫਿਰ ਸਾ ਬੀਰਬਲ ਚੋਈਓ ਗਲਾਇਆ ਵੀ ਆਪਣੇ ਆਪਣੇ ਸਰਾਣੇ ਵਾਲੇ ਰੱਖਣੀਆਂ ਨੇ, ਕਹਿੰਦਾ ਸੋਈ ਜਾਣਾ ਤੂੰ ਸਰਾਣੇ ਰੱਖਣੀਆਂ ਸੋਠੀਆਂ, ਕਹਿੰਦਾ ਜਿੰਨੀ ਚੋਰੀ ਕਿਤੀ ਹੋਊਗੀ ਤਿੱਦੀ ਜਿਹੜੀ ਸੋਠੀ ਹੈ 4 ਇੰਚ ਵੱਡੀ ਹੋ ਜਾਣੀ ਆਪਣੇ ਆਪ ਹੀ ਵਿਆਹੋ। ਤਾਂ ਸਾ ਸੋਈਏ ਚਾਰੋ ਆਪਣੀ ਆਪਣੀਆਂ ਸੋਠੀਆਂ ਲਈ ਕਿ ਸੋਠੀਆਂ ਰੱਖ ਲਈਆਂ ਸਰਾਣੇ, ਹੈ ਕਹਿੰਦਾ ਜਿੰਨੀ ਜੇ ਹਾਰ ਚੋਰਿਆ ਥਾ ਤਿੱਦੋਂ ਲੱਗੇ ਆਪਣਾ ਡਰ ਬਈ ਵਿਆਹਗਾ ਮੇਰੀ ਸੋਠੀ 4 ਇੰਚ ਵੱਡੀ ਹੋ ਜਾਣੀ, ਕਹਿੰਦਾ ਮੈਂ ਤਾਂ ਪਕੜੋ ਹੀ ਜਾਣਾ, ਹੈ ਤਿੱਦੋਂ ਨਿੰਦਰ ਨਾ ਪੋਏ। ਤਦ ਇਹ ਹੋਇਆ ਬਈ ਜਿੰਨੀ ਜੇ ਹਾਰ ਚੋਰਿਆ ਤਿੰਨੀ ਸੋਚਿਆ ਵਿਆਹਗਾ 4 ਇੰਚ ਵੱਡੀ ਹੋ ਜਾਣੀ ਸੋਠੀ, ਤਾਂ ਤਿੰਨੀ ਹੈ 4 ਕੀ ਇੰਚ ਹੈ ਕਟੀਤੀ, ਬਈ ਮੈਂ ਤਾਂ ਫਸਣਾ ਨਹੀਂ ਵਿਆਹਗਾ, 4 ਇੰਚ ਤਿੰਨੀ ਕਟੀਤੀ, ਬਈ ਫਿਰ ਤਾਂ ਬਰਾਬਰ ਰਹਿਣੀ ਆ ਬਈ, ਮੈਂ ਤਾਂ ਚੋਰਿਆ ਵੀ 4 ਇੰਚ ਵੱਡੀ ਹੋ ਜਾਣੀ ਤਾਂ ਮੈਂ ਤਾਂ ਫਸੀ ਜਾਣਾ, ਤਾਂ ਤਿੰਨੀ 4 ਇੰਚ ਰਾਤੀ ਕਟੀਤੀ। ਫਿਰ ਸੋਈ ਆ ਸਰ ਆਮੇ ਨੇ, ਫਿਰ ਕੀ ਹੋਇਆ ਅੰਮਾ, ਫਿਰ ਵਿਆਹਗਾ ਉੱਠੇ ਤਾਂ ਫਿਰ ਕੀ ਹੋਇਆ ਅੰਮਾ, ਫਿਰ ਸਾ ਚੋਰ ਪਕੜੋਇਆ ਵਿਆਹਗਾ ਬਈ, ਪਕੜਿਆ ਚੋਰ ਰਾਜ ਹੈ। ਫਿਰ ਸਾ ਵਿਆਹਗਾ ਬੀਰਬਲ ਬਾਰੀ ਬਾਰੀ ਸੱਦੇ ਬਾਈ ਚਾਰੋ, ਚੋਈ ਦੀਆਂ ਸੋਠੀਆਂ ਲਈਆਂ ਹੈ, ਤਾਂ 21 ਬੰਦੇ ਦੀ ਸੋਠੀ ਛੋਟੀ 4 ਇੰਚ ਹੈ ਤਿੰਨੀ ਕਟਤੀ ਸੀ ਚੋਰ ਹੈ, ਤਾਂ ਸਾਰੇ ਹੈ ਤਿੰਨ ਤਰਾ ਉਟਾਈ ਤੇ ਬੋਲਿਆ ਤੂੰ ਜਾ ਬੋਲਿਆ, ਕਹਿੰਦਾ ਤਿੱਦੀ ਹੈ ਸੋਠੀ ਜਿੰਨੀ ਕਟੀ ਹੋਈ ਛੋਟੀ ਸੀ ਸੋਠੀ, ਸਾ ਸੱਦੀ ਲਿਆ ਬੋਲਿਆ ਤੂੰ ਚੋਰ ਹੈ, ਉਹ ਬੱਚਾ ਬੋਲਿਆ ਤੂੰ ਰਿਆ, ਕਹਿੰਦਾ ਸਾ ਡਰਿਆ ਤਿੱਦੋਂ ਪਤਾ ਲੱਗੀ ਗਿਆ ਬਈ ਮੈਂ ਤਾਂ ਫਸੀ ਗਿਆ ਜੀ, ਕਹਿੰਦੇ ਤਾਂ ਸੋਠੀ ਕੱਟੀ ਗੁਆਈ ਮੈਂ ਹੈ। ਫਿਰ ਬੀਰਬਲਿਆ ਗਲਾਇਆ
ਬੋਲਿਆ ਬਈ ਇਸਾ ਸੋਠੀ ਚ ਕੋਈ ਜਾਦੂ ਨਹੀਂ ਥਾ, ਕੋਈ 4 ਇੰਚ ਵੱਡੀ ਨਹੀਂ ਹੋਣੀ ਥੀ, ਇਹ ਤਾਂ ਸਿਰਫ ਮੈਂ ਡਰੋ ਦਿੱਤਿਆ ਥਾ, ਡਰ ਦਿੱਤਿਆ ਥਾ ਬਈ। ਕਹਿੰਦਾ ਜਿਹੜਾ ਚੋਰ ਹੋਊਗਾ ਤੈਨੂੰ ਆਪਣੇ ਆਪ ਪਤਾ ਲੱਗ ਜਾਣਾ ਬਈ, ਹੈ ਤਾਂ ਚੋਰ ਹੈ ਹੈਪੂ ਹੀ ਕੱਟੀ ਲਈਏ 4 ਇੰਚ, ਹੈ ਤਾਂ ਪਕੜੋਈ ਗਿਆ ਆਪਣੇ ਆਪ ਹੀ। ਫਿਰ ਕੀ ਹੋਇਆ ਅੰਮਾ, ਫਿਰ ਜਦੋਂ ਚੋਰ ਸਜ਼ਾ ਦਿੱਤੀ ਰਾਜਾ? ਹਾਂ ਬੱਚਾ, ਰਾਜਾ ਜਦੋਂ ਸਜ਼ਾ ਦਿੱਤੀ ਫਿਰ 4 ਦਿਨ ਤਿੱਦੋ ਜੇਲ੍ਹ 'ਚ ਰੱਖਿਆ ਭੁੱਖਾ ਪਿਆਸਾ। ਮਜ਼ਾ ਆਈ ਗਿਆ ਅੰਮਾ ਕਹਾਣੀਆਂ ਸੁਣਨੇ ਦਾ। ਅੱਛਾ ਬੱਚਿਓ, ਦੱਸਾਂ ਤੂੰ ਜੋ ਇਸਾ ਕਹਾਣੀਆਂ ਤੇ ਕਿਆ ਸਿੱਖਸਾ ਮਿਲੀ? ਹਾਂ ਦੱਸਾਂ ਬੱਚਿਓ, ਦੱਸਾਂ ਸਾਬਾਸ, ਕਿਆ ਸਿੱਖਸਾ ਮਿਲੀ ਤੂੰ ਜੋ ਇਸਾ ਕਹਾਣੀਆਂ ਤੇ? ਇਸਾ ਕਹਾਣੀਆਂ ਤੇ ਇਹ ਸਿੱਖਸਾ ਮਿਲੀ ਕਿ ਅਸਾਂ ਜੋ ਚੋਰੀ ਨਹੀਂ ਕਰਨਾ ਚਾਹੀਦੀ, ਕਹਿੰਦੇ ਅਸਾਂ ਜੋ ਝੂਠ ਵੀ ਨਹੀਂ ਬੋਲਣਾ ਚਾਹੀਦਾ। ਸ਼ਾਬਾਸ਼ ਬੱਚਿਓ, ਸ਼ਾਬਾਸ਼। ਅੱਛਾ ਸਾਲੂ ਬੱਚਾ, ਇਆਂ ਕਰ ਹੁਣ ਮਿੰਜੋ ਲੂਣ ਕਾ ਚਾਹੀਦਾ ਗੁੱਟ ਸੇਕੀ ਦੇ, ਗਲੇ ਚ ਖਰੀਰੀ ਦੀ ਭੇਜੋ, ਜਾ ਮੇਰਾ ਕੰਮ। ਠੀਕ ਹੈ ਬਾਪੂ, ਠੀਕ ਹੈ, ਲੈ ਆਈ ਮੈਂ ਚਾਹ। ਅੱਛਾ ਬੱਚਿਓ, ਜਾ ਆਪਣੇ ਆਪਣੇ ਕਮਰਿਆਂ ਕਨੇ ਪੜਾ ਤੂੰ, ਹਾਂ ਕਨੇ ਆਨਲਾਈਨ ਕਲਾਸਾਂ ਲਾ, ਕਨੇ ਬਤੇਰੀ ਹੋਈ ਹੁਣ ਕਹਾਣੀ, ਠੀਕ ਹੈ? ਬਾਏ ਬਾਏ। ਤੁਸਾਂ ਜੋ ਅਕਬਰ ਕਨੇ ਬੀਰਵਲੇ ਦੀ ਕਹਾਣੀ ਕਦੇ ਹੀ ਲੱਗੀ, ਕਮੈਂਟ ਕਰੀ ਕੀ ਜ਼ਰੂਰ ਦੱਸਨਿਓ। ਕਨੇ ਕਮੈਂਟ ਕਰੀ ਕੀ ਇਹ ਵੀ ਦੱਸਨਿਓ ਕਿ ਬਾਪੂ ਦੀਆਂ ਕਹਾਣੀਆਂ ਖੜੀਆਂ ਲੱਗਦੀਆਂ ਤੇ ਮਾਜੋ ਕਿ ਅੰਮਾ ਦੀਆਂ ਕਹਾਣੀਆਂ ਵਧੀਆ ਲੱਗਦੀਆਂ? ਆਸਾਂ ਅੰਮਾ ਦੀਆਂ ਕਹਾਣੀਆਂ ਸੁਣਦੇ ਰਿਹਾ ਨਾ, ਕਨੇ ਕਮੈਂਟ ਪਾਉਂਦੇ ਰਿਹਾ, ਕਨੇ ਆਸਾਂ ਦਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਹੈ। ਗਾਰਾ ਰਿਹਾ, ਖਾਰੇ ਰਿਹਾ, ਧੰਨਵਾਦ।